بسم اللہ الرحمن الرحیم گواتਿਆ ਰੂਹਾ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚੇ ਜੀ ਪਿੰਡ ਨਥੇ ਜਗੀਰ ਦੇ ਵਿੱਚ ਨਥੇ ਜਗੀਰ ਜਿਹੜਾ ਜੀ ਇਹ ਜ਼ਿਲ੍ਹਾ ਕਸੂਰ ਚ ਵਾਕਿਆ ਉਦੋਂ ਇਹ ਜ਼ਿਲ੍ਹਾ ਲਾਹੌਰ ਸੀ ਜੀ ਜਦੋਂ 1947 ਦੀ ਵੰਡ ਹੋਈ ਮੇਰੇ ਵੱਲੋਂ ਯਾਨੀ ਕਿ ਜਵੇਦ হোসেন ਰਾਣਾ ਵੱਲੋਂ ਜੀ ਸਾਰਿਆਂ ਨੂੰ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਜੀ ਅੱਜ ਇਸ ਨਥੇ ਜਗੀਰ ਪਿੰਡ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਥੋੜੀ ਮੁਲਾਕਾਤ ਕਰਵਾਵਾਂਗੇ ਨਾਲੇ 10 ਦੇ ਚੱਲੀਏ ਜੀ ਇਹ ਜਿਹੜਾ 1947 ਤੋਂ ਪਹਿਲੇ ਇਹ ਜਿਹੜਾ ਪਿੰਡ ਹੈ ਨਾ ਜੀ ਉਹ ਸਰਦਾਰ ਸਤਨਾਮ ਸਿੰਘ ਜਿਹੜੇ ਕਿ ਚਾਂਸਲਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਇਹ ਪਿੰਡ ਹੈ ਉਹਨਾਂ ਦੇ ਬਜ਼ੁਰਗ ਪਪਲ ਸਿੰਘ ਉਹਨਾਂ ਦੇ ਬਜ਼ੁਰਗ ਜਿਹੜੇ ਸੀ ਡੋਗਰ ਸਿੰਘ ਔਰ ਮੰਗਲ ਸਿੰਘ ਇਹ ਉਹਨਾਂ ਦਾ ਪਿੰਡ ਹੈ ਜੀ ਇਹ ਸਿੰਧੂ ਜੱਟਾਂ ਦਾ ਪਿੰਡ ਹੈ ਜੀ ਤੇ 1947 ਵੇਲੇ ਇਥੋਂ ਹਿਜਰਤ ਕਰਕੇ ਚਲੇ ਗਏ ਉਦੋਂ ਇਹ ਜਿਹੜਾ ਪਿੰਡ ਸੀ ਇਹਨੂੰ ਲਾਹੌਰ ਦੇ ਵਿੱਚ ਹੀ ਗਿਣਿਆ ਜਾਂਦਾ ਸੀ ਲਾਹੌਰ ਹੀ ਜ਼ਿਲ੍ਹਾ ਲੱਗਦਾ ਸੀ ਲਾਹੌਰ ਔਰ ਅੱਜ ਵੀ ਉਹ ਲੋਕ ਜਿਹੜੇ ਹੈ ਨੇ ਉੱਥੇ ਇੱਥੋਂ ਦੇ ਗਏ ਹੈ ਜਿਹੜੇ ਜਿੰਨੇ ਵੀ ਸਰਦਾਰ ਸਿੱਖ ਸੀ ਉਹ ਅੱਜ ਵੀ ਲਾਹੌਰੀਏ ਕਹਾਉਂਦੇ ਨੇ ਜੀ ਆਪਣੇ ਤੇ ਅੱਜ ਇੱਥੇ ਅਸੀਂ ਗੱਲਬਾਤ ਕਰਾਵਾਂਗੇ ਜੀ ਕਿਉਂਕਿ ਫਿਰ ਹਿਜਰਤ ਤੋਂ ਪਾਰਟੀਸ਼ਨ ਤੋਂ ਬਾਅਦ ਜਿਹੜਾ ਇਹ ਪਿੰਡ ਆਇਆ ਹਿੱਸੇ ਦੇ ਵਿੱਚ ਉਹ ਰਾਜਪੂਤਾ ਚੋਹਾਰ ਰਾਜਪੂਤਾ ਦੇ ਕਿ ਜਿਹੜੇ ਜ਼ਿਲ੍ਹਾ ਕਰਨਾਲ ਦੇ ਵਿੱਚੋਂ ਹਿਜਰਤ ਕਰਕੇ ਇਹ ਯਾਨੀ ਕਿ 1947 ਵੇਲੇ ਉਹ ਆ ਵਸੇ ਇਸ ਪਿੰਡ ਦੇ ਵਿੱਚ ਔਰ ਔਰ ਜ਼ਮੀਨਾਂ ਜਿਹੜੀਆਂ ਨੇ ਇੱਥੇ ਹਲਾਟ ਹੋ ਗਈਆਂ ਉਦੋਂ ਇਸ ਪਿੰਡ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਉਹ ਕਰਦੇ ਸੀ ਜੀ ਵਾਈ ਬੀਜੀ ਤੇ ਉਦੋਂ ਹੁੰਦੇ ਸੀ ਖੂਹ ਖੂਹਾਂ ਦਾ ਪਾਣੀ ਲੱਗਦਾ ਹੁੰਦਾ ਸੀ ਤੇ ਅੱਜ ਇਹ ਮੋਟਰਾਂ ਲੱਗੀਆਂ ਪਾਣੀ ਦੇਖ ਲਓ ਜੀ ਖੂਹਾਂਾਂ ਦੇ ਪਾਣੀ ਆ ਗਏ ਤੇ ਅੱਜ ਗੱਲਬਾਤ ਵੀ ਕਰਵਾਵਾਂਗੇ ਬਜ਼ੁਰਗਾਂ ਦੇ ਨਾਲ ਪੁੱਛਾਂਗੇ 1947 ਵੇਲੇ ਉਹ ਕਿਹੜੀ ਜਗ੍ਹਾ ਤੋ ਹਿਜਰਤ ਕਰਕੇ ਤੇ ਕਿਵੇਂ ਕਿਸ ਤਰ੍ਹਾਂ ਪਾਕਿਸਤਾਨ ਪਹੁੰਚੇ ਤੇ ਇਸ ਨਥੇ ਜਗੀਰ ਦੇ ਵਿੱਚ ਵਸੇ ਔਰ ਪੁੱਛਾਂਗੇ ਤੇ ਹੋਰ ਕਿਹੜੇ ਕਿਹੜੇ ਲੋਕ ਰਹਿੰਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਹੋਰ ਕਿਹੜੇ ਕਿਹੜੇ ਲੋਕ ਨੇ ਚਲੋ ਜੀ ਕਰਦੇ ਆ ਜੀ ਗੱਲਬਾਤ ਬਜ਼ੁਰਗਾਂ ਦੇ ਨਾਲ ਜੀ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਜੀ ਬਜ਼ੁਰਗੋ ਕੀ ਨਾਂ ਆ ਜੀ ਤੁਹਾਡਾ ਗੁਲਜ਼ਾਰ ਰਹਿਮਨ ਗੁਲਜ਼ਾਰ احمد ਵਾਲਾ ਸਾਹਿਬ ਦਾ ਨਾਂ ਜੀ ਰਿਆਸਤ ਅਲੀ ਰਿਆਸਤ ਅਲੀ ਤੇ ਦਾਦਾ ਜੀ ਦਾ ਨਾਂ ਯਾਦ ਹੈ ਹਾਂ ਜਗੀਰ ਖਾਂ ਵਜ਼ੀਰ ਖਾਂ ਜੀ ਵਜ਼ੀਰ ਖਾਂ ਵਜ਼ੀਰ ਖਾਂ ਅੱਛਾ ਬਜ਼ੁਰਗੋ ਇਹ ਪਿੰਡ ਕਿਹੜਾ ਜਿੱਥੇ ਅਸੀਂ ਹੁਣ ਬੈਠੇ ਆ ਹੁਣ ਬੈਠੇ ਹਾਂਜੀ ਆ ਇੱਥੇ ਨਥੇ ਜਗੀਰ ਨਥੇ ਜਗੀਰ ਹੈ ਜੀ ਇਹ ਪਿੰਡ ਇਹਦੇ ਆਸੇ ਪਾਸੇ ਵਾਲੇ ਪਿੰਡਾਂ ਦਾ ਪਤਾ ਕਿਹੜੇ ਕਿਹੜੇ ਪਿੰਡ ਨੇ ਦੇ ਨਾਲ-ਨਾਲ ਇਹ ਨਾਲ-ਨਾਲ ਇੱਕ ਨਥੇ ਖਾਲਸਾ ਹਾਂਜੀ ਇੱਕ ਲਖਣ ਕੇ ਠੀਕ ਹੈ ਜੀ ਇੱਕ ਆਪਣਾ ਦਿਨਾਂ ਨਾਲ ਠੀਕ ਹੈ ਜੀ ਜੋ ਜਿਹੜਾ ਠਾਰਮਾ ਦਾਣਾ ਹੈ ਅੰਗਿਸੋਕੀ ਠੀਕ ਹੈ ਜੀ ਦਰਿਆ ਰਾਵੀ ਹੈ ਇਹਦੇ ਨਾਲ ਹਾਂ ਰਾਵੀ ਦੇ ਨਾਲ ਦਵੇ ਜੇ ਵਿਚ ਵਿੱਚ ਛੋਟੇ ਜਿਹੋ ਦਾ گاਉਂ ਹੈ ਠੀਕ ਹੈ ਜੀ ਅੱਛਾ ਬਜ਼ੁਰਗੋ ਉਧਰ ਜਿਹੜਾ ਹਿੰਦੁਸਤਾਨ ਸੀ ਪਿੰਡ ਉਹ ਕਿਹੜਾ ਸੀ ਹਿੰਦੁਸਤਾਨ ਦੇ ਵਿੱਚ ਹਾਂਜੀ ਸਮਾਣਾ ਬਾਬੂ ਸਮਾਣਾ ਬਾਬੂ ਕਿਹੜੇ ਜ਼ਿਲ੍ਹੇ ਸੀ ਜੀ ਇਹ ਜ਼ਿਲ੍ਹਾ ਕਰਨਾਲ ਰਿਆਸਤ ਸੀ ਕਰਨਾਲ ਜਾਂ ਜ਼ਿਲ੍ਹਾ ਸੀ ਜ਼ਿਲ੍ਹਾ ਸੀ ਕਰਨਾਲ ਅੱਛਾ ਜੀ ਤਹਿਸੀਲ ਵੀ ਕਰਨਾਲ ਕਰਨਾਲ ਸੀ ਕਿੰਨਾ ਕੁ ਦੂਰ ਸੀ ਤੁਹਾਡਾ ਪਿੰਡ ਸੀ ਜਿਹੜਾ ਇਹ ਮਾਰੇ ਪਿੰਡ ਤੇ ਕਰਨਾਲ ਤੋਂ ਸ਼ਹਿਰ ਤੋਂ ਕਰਨਾਲ 12 ਮੀਲ ਦੂਰ ਸੀ ਅਚਾ ਨਜ਼ਦੀਕ ਹੀ ਸੀ ਕਰਨਾਲ ਦੇ ਤੁਸੀਂ ਬੈਠੇ ਤੇ ਜੰਗੇ ਤਰਾਨ ਕੇ ਨਾਮ ਦੇ ਮਸੂਰਾ ਪਿੰਡ ਉਹ 7 ਮੀਲ ਬਾਅਦ ਤਰ ਅਚਾ ਜਿਹੜਾ ਸਮਾਣਾ ਪਿੰਡ ਸੀ ਇਹਦੇ ਆਲੇ ਦੁਆਲੇ ਪਿੰਡ ਸੀ ਜਿਹੜੇ ਉਹਨਾਂ ਦਾ ਨਾਮ ਯਾਦ ਹੈ ਆਹੋ ਜੀ ਚੜਰੀ ਤਰ ਲਾਂਦੇ ਤਰਫ ਤੋਂ ਤਾਂ ਮੀਮੀ ਕੀ ਨਾਸੀ ਜੀ ਮਾਮੀਨ ਕਾ ਸਟੇਸ਼ਨ ਬਜਾਵਾ ਅਮੀਨ ਅਮੀਨ ਗੋਂ ਦਾ ਅੱਛਾ ਜੀ ਉਹਦਾ ਸਟੇਸ਼ਨ ਸੀ ਉੱਥੇ ਗੱਡੀ ਦਾ ਸਟੇਸ਼ਨ ਸੀ ਰੇਲ ਦੀ ਆ ਗੱਡੀ ਕਾ ਸਟੇਸ਼ਨ ਉਸੇ ਕੇ ਨਾਮ ਤੇ ਮਸੂ ਅੱਛਾ ਹੋਰ ਇਸ ਤੋਂ ਇਲਾਵਾ ਉਸਕੇ ਨਵਾਂ ਨਾਲੀ ਜਿਰਬੜੀ ਸੀ ਜਿਰਬੜੀ ਜਿਰਬੜੀ ਹਾਂ ਜੀ ਤੇ ਦੂਸਰੇ ਪਾਸੇ ਬੈਰਸਾ ਲਾ ਗਿਆ ਥਾ ਅੱਛਾ ਜੀ ਰੈਪੂਰ ਥਾ ਰੈਪੂਰ ਹਾਂ ਹੋਰ ਜੀ ਥਾਣਾ ਬਟਾਣਾ ਥਾਣਾ ਜਿਹੜਾ ਸੀ ਤੁਹਾਨੂੰ ਬਟਾਣਾ ਲੱਗਦਾ ਸੀ ਬਟਾਣਾ ਅੱਛਾ ਬਜ਼ੁਰਗੋ ਇਹ ਤੁਹਾਡਾ ਪਿੰਡ ਕਿੱਡਾ ਸੀ ਇਸ ਨਥੇ ਪਿੰਡ ਜਿੱਡਾ ਹੈ ਸੀ ਨਥੇ ਜ਼ਗੀਰ ਪਿੰਡ ਜਿੱਡਾ ਨਥੇ ਜ਼ਗੀਰ ਤੇ ਕੋਈ ਥੋੜਾ ਹੀ ਛੋਟਾ ਥਾ ਪਿੰਡ ਵੱਡੀ ਆਬਾਦੀ ਸੀ ਹਾਂ ਜ਼ਿਆਦਾ ਕਿਹੜੇ ਕਿਹੜੀ ਕੌਮ ਰਹਿੰਦੀ ਸੀ ਉੱਥੇ ਮੁਸਲਮਾਨ ਸੀ ਸਿੱਖ ਸੀ ਹਿੰਦੂ ਸੀ ਈਸਾਈ ਸੀ ਉੱਥੇ ਮੁਸਲਮਾਨ ਬਾਤ ਤੇ ਕੁਝ ਗਰ ਸੰਸ਼ਿਆਂਗੇ ਤੇ ਹਾਂਜੀ ਕੁਝ ਮਾਰਾਂਗੇ ਤੇ ਠੀਕ ਹੈ ਜੀ ਕੁਝ ਚੂੜਾਂਗੇ ਤੇ ਠੀਕ ਹੈ ਜੀ ਦੋ ਗੱਗਾ ਘੜਰੀਆਂ ਕੇ ਵੀ ਸੀ ਠੀਕ ਹੈ ਜੀ ਤੇ ਹੋਰ زیادہ مسلمان سی ہاں زیادہ مسلمان تھے سارے مسلمان راجپوت سی راجپوت کیڑی گوਤ ہے بابا جی راجپوتਾਂ ਚ گوਤਾਂ ਨੇ ਕੋਈ ਮੰਜ ਹੈ ਕੋਈ ਪੱਟੀ ਹੈ ਕੋਈ ਵਿਰਿਆ ਹੈ ਕੋਈ ਚੋਹਾਨ ਹੈ ਕਿਹੜੀ ਕੌਮ ਸੀ ਕਿਹੜੀ ਹੈ ਗੋਤ ਸੀ ਤੁਹਾਡੀ ਸਾਰੇ ਕੌਮਾਂ ਮਾਂ ਚੋਹਾਨ ਰਾਜਪੂਤ ਜਿਆਦਾ ਨੇ ਠੀਕ ਹੈ ਜੀ ਚੋਹਾਨ ਰਾਜਪੂਤਾਂ ਤੁਹਾਡੀ ਗੋਤ ਵੀ ਚੋਹਾਨ ਹੀ ਹੈ ਚੋਹਾਨ ਰਾਜਪੂਤ ਉਹ ਫਕੀਰਾਂ ਕੇ ਵੀ ਘਰ ਤੇ ਕੁਝ مسلمان اچھا مسلمان ਸੀ ਏ ਹਿੰਦੂ ਸੀ ਤੁਹਾਡੇ ਪਿੰਡ ਚ ਸਿੱਖ ਸੀ ਹੂੰ ਹਿੰਦੂ ਸੀ ਹਿੰਦੂ ਸੀ ਅੱਛਾ ਸਿੱਖ ਕੋਈ ਨਹੀਂ ਸੀ ਅੱਛਾ ਪਿੰਡ ਜਿਹੜਾ ਸੀ ਇਹ ਦੇ ਕਿੰਨੇ ਨੰਬਰਦਾਰ ਸੀ ਇਹਨੇ 4 ਨੰਬਰਦਾਰ ਸੀ ਅੱਛਾ 4 ਨੰਬਰਦਾਰ ਸੀ ਕਿਹੜੇ ਕੀ ਕੀ ਨਾਂ ਸੀ ਨੰਬਰਦਾਰਾਂ ਦੇ ਯਾਦ ਨੇ ਨੰਬਰਦਾਰ ਕਾ ਨਾਮ ਸਭ ਤੋਂ ਪਹਿਲਾਂ ਦਾ ਅਬਦੁਲ ਰਸ਼ੀਦਾ ਅਫਦਰ ਰਸ਼ੀਦਾ ਹਾਂ ਰਾਜਪੂਤ ਸੀ ਰਾਜਪੂਤ ਠੀਕ ਹੈ ਜੀ ਦੂਸਰੇ ਕੇ ਨਾਮ ਦਾ ਅਬਦੁਲ ਕਰੀਮ ਅਬਦੁਲ ਕਰੀਮ ਹਾਂ ਹੋਰ ਜੀ ਉਹ ਵੀ ਰਾਜਪੂਤਾ ਹਾਂ ਜੀ ਤੀਸਰੇ ਦਾ ਨਾਮ ਮੇਰਾ ਕੀ ਲੈ ਅਬਦੁਲ ਕਰੀਮ ਤੇ ਇਹ ਕਨਾਬਦੂ ਤਾ ਠੀਕ ਹੈ ਅਬਦੂ ਨਮਰਦਾਰ ਅੱਛਾ ਜੀ ਚੌਥਾ ਬਰੀ ਨਮਰਦਾਰ ਠੀਕ ਹੈ ਜੀ ਅੱਛਾ ਬਜ਼ੁਰਗੋ ਉਹ ਤੁਹਾਡੀ ਉਮਰ ਜਿਹੜੀ ਹੈ ਜਦੋਂ 1947 ਦੀ ਵੰਡ ਹੋਈ ਉਹਦੋਂ ਕਿੰਨੀ ਸੀ ਮੇਰੀ ਉਮਰ ਉਸ ਵੇਲੇ 40 ਸਾਲ ਸੀ 8 ਸਾਲ 10 ਸਾਲ 10 ਸਾਲ ਤੇ ਪਿੰਡ ਦੇ ਵਿੱਚ ਸਕੂਲ ਹੈਗਾ ਸੀ ਸਕੂਲ ਪਿੰਡ ਵਿੱਚ ਹੈਗਾ ਸੀ ਤਦ ਆਸ਼ਾ 10 ਸਾਲ ਦੀ ਉਮਰ ਤੁਸੀਂ ਸਕੂਲ ਤੇ ਗਏ ਹੋਵੋਗੇ 10 ਸਾਲ ਦੀ ਉਮਰ ਸੀ ਤੁਹਾਡੀ ਸਕੂਲ ਵਿੱਚ ਆਮ ਦਾਖਲ ਹੋਏ ਸੀ ਹਾਂਜੀ ਚੌਥੀ ਜਮਾਤ ਤੱਕ ਪਹੁੰਚੇ ਅੱਛਾ ਚੌਥੀ ਜਮਾਤ ਤੱਕ ਪਹੁੰਚੇ ਜੀ ਤੁਸੀਂ ਇਹ ਉ ਜਾੜੇ ਪੜ ਕੇ ਉੱਠ ਕੇ ਆ ਗਏ ਅੱਛਾ ਇਹ ਸਮਾਣਾ ਜਿਹੜਾ ਪਿੰਡ ਸੀ ਇਹਦੇ ਵਿੱਚ ਸਕੂਲ ਜਿਹੜਾ ਸੀ ਉਹ 5 ਜਮਾਤਾਂ ਦਾ ਸੀ 4 ਜਮਾਤਾਂ ਦਾ ਸੀ 4 ਜਮਾਤਾਂ ਦਾ ਸਕੂਲ ਦਾ ਅੱਛਾ 4 ਜਮਾਤਾਂ ਦਾ ਤੇ ਤੁਸੀਂ ਚਾਰ ਚਮਤਾਂ ਪੜੇ ਹੋ ਉਥੇ ਆਹ ਚਾਰਵੇਂ ਤੀਸੇਵੇਂ ਚੌਥੀਵੇਂ ਧਮਾ ਚਾਰ ਚਮਤਾਂ ਪੜੇ ਹੁੰਦੇ ਅੱਛਾ ਤੇ ਕਿਹੜੀ ਕਿਹੜੇ ਮੁੰਡੇ ਬਰਾਦਰੀਆਂ ਦੇ ਪੜਦੇ ਸੀ ਤੁਹਾਡੇ ਨਾਲ ਮੁਸਲਮਾਨਾਂ ਚੋਂ ਜਾਂ ਹਿੰਦੂਆਂ ਚੋਂ ਮੁਸਲਮਾਨਾਂ ਕੇ ਤਾਂ ਕبھی ਪੜਾਉਂਦੇ ਹਾਂਜੀ ਹਿੰਦੂਆਂ ਕੇ ਤੇ ਇੱਕ ਮੋਤੀ ਹਾਂਜੀ ਇੱਕ ਆ ਨਾਮ ਰੱਖਿਆ RAM JI ਹਾਂਜੀ RAM JI LAL ਕਹਾਂਦੇ ਹਾਂਜੀ ਇੱਕ ਆ ਨਾਮ ਬਨਾਰਸ ਅੱਛਾ ਬਨਾਰਸ

ਦੂਸਰਾ ਮਿਰਜ਼ਾ ਡਾਕਟਰ ਮਾਸਟਰ ਤਾਂ ਉਹ ਮੁਸਲਮਾਨ ਤਾਂ ਠੀਕ ਹੈ ਗੁਲਾਮ ਮਨ ਮਾਸਟਰ ਹੈਡ ਮਾਸਟਰ ਦਾ ਉਹ ਵੀ ਮੁਸਲਮਾਨ ਥਾ ਠੀਕ ਹੈ ਜੀ ਅੱਛਾ ਜੀ ਬਜ਼ੁਰਗੋ ਜਿਹੜਾ ਕਰਨਾਲ ਹੈ ਕਰਨਾਲ ਬੜੀ ਰਿਆਸਤ ਸੀ ਜੀ ਇੱਥੋਂ ਦੇ ਬੜੇ ਬੜੇ ਉਹ ਕਹਿੰਦੇ ਨੇ ਕਿ ਵੱਡੇ ਵੱਡੇ ਨਾਂ ਆਏ ਨੇ ਜਿਸ ਤਰ੍ਹਾਂ ਕਿ ਲਿਆਕਤ ਅਲੀ ਖਾਨ ਦਾ ਨਾਂ ਵੀ ਜਿਹੜਾ ਕਰਨਾਲ ਨਾਲ ਜੀ ਕਰਨਾਲ ਚ ਪੈਦਾ ਕਰਨਾਲ ਮੈਂ ਮਸ਼ਹੂਰ ਹੈ ਹਾਂ ਜੀ ਕਰਨਾਲ ਚ ਪੈਦਾ ਹੋਏ ਸੀ ਲਿਆਕਤ ਅਲੀ ਖਾਨ ਇਸ ਤਰ੍ਹਾਂ ਥੋੜੇ ਇਲਾਕੇ ਦੇ ਜਿਹੜੇ ਚੌਧਰੀ ਜੀ ਵੱਡੇ ਉਹਨਾਂ ਦੇ ਵੀ ਨਾਂ ਯਾਦ ਨੇ ਮੱਢ-ਮੱਢ ਜੱਗ ਦੀ ਹਾਂਜੀ ਮੀਨ ਮਰ ਰਾਣਾ ਫੂਲ ਸਿੰਘ ਜੀ ਉਹ ਮੀਨ ਕਾ ਅੱਛਾ ਜੀ ਜਿਲਦਾਰ ਫੂਲ ਸਿੰਘ ਜੀ ਅੱਛਾ ਫੂਲ ਸਿੰਘ ਜੀ ਉਹ Hindu ਸੀ ਹਾਂ ਤਾਂ ਸਿੱਖ ਸੀ ਕੀ ਕਹਦੇ ਮੈਂ ਕਹਿੰਦਾ Hindu ਸੀ ਜਾਂ Sikh ਸੀ ਫੂਲ ਸਿੰਘ ਕਹਿ ਰਹੇ ਹੋ ਤੁਸੀਂ ਉਹ ਰੋਡ 'ਤੇ ਜਾਂਦੇ Hindu Hindu ਸੀ ਅੱਛਾ ਜੀ फूल सिंह जी ਜਿਹੜਾ ਉਹ Hindu ਸੀ ਉਹ مین ਦਾ ਸੀ ਜੀ ਉਹ ਆਹ مین ਦਾ ਸੀ ਅੱਛਾ ਜੀ ਉਹ ਚੌਧਰੀ ਸੀ ਉਸ ਇਲਾਕੇ ਦਾ ਹਾਂ ਹਾਂ ਮੁਸਲਮਾਨਾਂ ਚ ਵੀ ਚੌਧਰੀ ਹੈ ਸੀ ਕੋਈ ਮੁਸਲਮਾਨਾਂ ਦਾ ਚੌਧਰੀ ਉਸ ਇਲਾਕੇੋਂ ਕੋਈ ਨਹੀਂ ਸਾਰਾ ਜ਼ਿਆਦਾ ਜ਼ਿਆਦਾ ਮੁਸਲਮਾਨੇ ਮੇਂ ਹੀ ਠੀਕ ਅੱਛਾ ਕਿਸ ਤਰ੍ਹਾਂ ਦੇ ਤਲਕ ਸੀ ਉਹ ਮੁਸਲਮਾਨਾਂ ਦੇ Hinduਾਂ ਦੇ ਉਸ ਇਲਾਕੇ ਦੇ ਮੁਸਲਮਾਨਾਂ ਆਪਸ ਮਾਂ ਲੈਣ ਲੈਣ ਸਾਰਾ ਤਲੁਕ Hinduਾਂ ਦੇ ਨਾਲ ਆ Hinduਾਂ ਨਾਲ ਇੱਕ ਦੂਸਰੇ ਕੇ ਮਸੂਰ ਜਾਨ ਜਾਨ ਦਾਦੇ ਦਾਦੇ ਤੇ ਲੈ ਕੇ ਲੱਗਿਆ ਤੇ ਕਿਉਂਕਿ ਕਹਿੰਦੇ ਨੇ ਕਿ ਜਿਹੜਾ ਵੀ ਰਾਜਪੂਤ ਹੈ ਇਹ ਉਹ ਹਿੰਦੂਆਂ ਤੋਂ ਮੁਸਲਮਾਨ ਹੋਏ ਨੇ ਕਿਉਂਕਿ ਉਹ ਕੋਈ ਮੁਸਲਮਾਨ ਹੋ ਗਏ ਕੋਈ ਹਿੰਦੂ ਰਹਿ ਗਏ ਅੱਛਾ ਇਸ ਤਰ੍ਹਾਂ ਕੋਈ ਨਫ਼ਰਤ ਨਹੀਂ ਸੀ ਹੈਗੀ ਉਹਨਾਂ ਦੇ ਵਿੱਚ ਤੁਹਾਡੇ ਨਾਲ ਵੀ ਮੁਸਲਮਾਨ ਹੈ ਅਸੀਂ ਤੁਸੀਂ ਮੁਸਲਮਾਨ ਹੋ ਗਏ ਅਸੀਂ ਹਿੰਦੂ ਹੋ ਕੋਈ ਨਹੀਂ ਸੀ ਲੜਾਈ ਝਗੜਾ ਕੋਈ ਨਹੀਂ ਸੀ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਪਿਆਰ ਮੁਹੱਬਤ ਨਾਲ ਹੀ ਰਹਿੰਦੇ ਸੀ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਪਿਆਰ ਮੁਹੱਬਤ ਦੇ ਨਾਲ ਇੱਕ ਦੂਸਰੇ ਨਾਲ ਵਰਤਾਂ ਵਰਤਾਂ ਨਾਲ ਵਰਤਦੇ ਸੀ ਸ਼ਾਦੀ ਗੰਮੀ ਤੇ ਜਾਣਾ ਆਉਣਾ ਸ਼ਾਦੀ ਗੰਮੀ ਮੈਂ ਜਾਣਾ ਕੀ ਸਿਸਟਮ ਸੀ ਸ਼ਾਦੀ ਤੇ ਉਹਨਾਂ ਸ਼ਾਦੀਆਂ ਹੁੰਦੀਆਂ ਸੀ ਕਾਦੇ ਤੇ ਜਾਂਦੇ ਸੀ ਲੋਕ ਸ਼ਾਦੀਆਂ ਤੇ ਜਿਵੇਂ ਹੁਣ ਤੇ ਕਾਰਾਂ ਗੱਡੀਆਂ ਨੇ ਉਦੋਂ ਕੀ ਸਿਸਟਮ ਸੀ ਉਦੋਂ ਗੱਡੀ ਬੈਲ ਹੋਈ ਕਰਾਂਦੇ ਜਿਵੇਂ ਰੱਥ ਵੀ ਕਾਹਾਂ ਤੇ ਰੱਥ ਕਹਿੰਦੇ ਸੀ ਬਿਲਕੁਲ ਤੇ ਘੋੜੀਆਂ 'ਪਾ ਵੀ ਜਾਵਾਂ ਤੇ ਘੋੜੀਆਂ ਤੇ ਜਾਂਦੇ ਸੀ ਕੱਲ ਸੀ ਬਰਾਤਾਂ ਦੋ ਦੋ ਚਾਰ ਚਾਰ ਦਿਨ ਰਹਿੰਦੀਆਂ ਸੀ ਜਿਹੜੀਆਂ ਦੋ ਰਹਾਾਂ ਤੇ ਗੋਰੀਆਂ ਲੈ ਕੇ ਜਾਂਦੇ ਇਹ ਰਤ ਮਜੋਲੀਆਂ ਲੈ ਕੇ ਉਹਨਾਂ ਕੇ ਮਾਗੇ Hindu Muslim ਸਾਰੇ ਇਕੱਠੇ ਬੈਠਣੇ ਰੋਟੀ ਕਾ ਇੰਤਜ਼ਾਮ ਸਾਰਾਂ ਦਾ ਲਾੜਾ ਲਾੜਾ ਹੁੰਦਾ ਠੀਕ ਹੈ ਜੀ Muslim ਲਾੜਾ ਖਾਂਦੇ ਉਹ ਲਾੜਾ ਉਹ ਕਾਂਵਾਲਾ ਵੀ ਲਾੜਾ ਲਾੜਾ ਅੱਛਾ ਇਹ ਬਜ਼ੁਰਗੋ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਸੀ ਲੋਕ ਇੱਕ ਦੂਜੇ ਨਾਲ ਪਿਆਰ ਮੁਹੱਬਤ ਕਰਦੇ ਸੀ ਇਕੱਠੇ ਰਹਿੰਦੇ ਸੀ ਤਕੀ ਉਹ ਉਦੋਂ ਹਿੰਦੁਸਤਾਨ ਤੁਸੀਂ ਰਹਿੰਦੇ ਸੀ ਉਦੋਂ ਕੀ ਕਾਰੋਬਾਰ ਸੀ ਜ਼ਮੀਨ ਕਿਸ ਤਰ੍ਹਾਂ ਦੀ ਸੀ ਉੱਥੇ ਪਾਣੀ ਨਹਿਰ ਹੈਗੀ ਸੀ ਕੋ ਨਜ਼ਦੀਕ ਜਾਂ ਬਰਾਨਾ ਸੀ ਇਲਾਕੇ ਨਾ ਜਿਹਾ ਖਵਾ ਵੀ ਸੀ ਹਾਂਜੀ ਕੋਈ 2 ਮੀਲ ਕੇ ਪਾਸਲੇ ਪਾਸੇ ਦੂਸਰੇ ਪਿੰਨਾਵਾ ਸਮਾਨੇ ਘਰ ਖਵਾ ਜੋ ਥਾ ਉਹ ਬਰਾਨਾ ਥਾ ਅੱਛਾ ਜੀ ਯਾ ਖੂ ਲਗੇਦੇ ਉਸ ਵਕਤ ਠੀਕ ਹੈ ਜੀ ਉਹ ਖੂ ਚੱਲਦੇ ਕਰਾ ਕੇ ਤੇ ਨਹਿਰੀ ਚਾਹੀ ਖਵਾ ਵੀ ਥਾ ਠੀਕ ਹੈ ਜੀ ਇਹ ਬਜ਼ੁਰਗੋ ਜਿਹੜੀ ਹੈ ਸੀ ਉਹ ਹਿੰਦੁਸਤਾਨ ਦੇ ਵਿੱਚ ਜਦੋਂ ਤੁਸੀਂ ਰਹਿੰਦੇ ਸੀ ਉਦੋਂ ਉੱਥੋਂ ਦੇ ਲੋਕ ਕੋਈ ਨੌਕਰੀਆਂ ਵੀ ਕਰਦੇ ਸੀ ਕੋਈ ਨੌਕਰੀ ਪੇਸ਼ਾ ਲੋਕ ਵੀ ਹੈ ਸੀ ਨੌਕਰੀ ਪੇਸ਼ਾ ਲੋਕ ਉਸ ਵੇਲੇ ਕੋਈ ਨਹੀਂ ਥੇ ਸਮਾਣੇ ਦੇ ਵਿੱਚ ਸਮਾਣੇ ਦੀ ਗੱਲ ਕਰਦਾ ਕੋਈ ਨੌਕਰ ਸੀ ਕੋਈ ਸਰਕਾਰ ਚ ਫੌਜ ਚ ਜਾਂ ਪੁਲਿਸ ਚ ਸਮਾਣੇ ਦੇ ਵਿੱਚ ਇਹ ਕਿ ਨਵਾ ਕਾ ਮਾਸਟਰ ਸੀ ਮਾਮੰਦੀਨ ਹਾਂਜੀ ਮਾਮੰਦੀਨ ਰਾਮ ਮਾਮੂਨ ਆਮ ਜੇਸ ਕਾ ਹਾਂਜੀ ਮਾਮੂ ਆ ਉਹ ਤਾਂ ਬਨਾਰਸ ਬਨਾਰਸ ਕੇ ਰਹਣ ਵਾਲੇ ਤੇ ਅੱਛਾ ਬਨਾਰਸ ਦੇ ਰਹਿਣ ਵਾਲੇ ਸੀ ਉਹ ਉਹ ਆ ਕੇ ਨੌਕਰੀ ਪਾ ਲਗਿਆ ਤਾਂ ਮਾਸਟਰ ਅੱਛਾ ਜੀ ਮੈਂ ਉਸ ਸੋਹਾਣੇ ਪਿੰਡ ਦੇ ਕੋਈ ਨੌਕਰ ਸੀ ਬੰਦੇ ਕਿਸੇ ਫੌਜ ਚ ਜਾਂ ਪੁਲਿਸ ਚ ਮੈਂ ਪੁੱਛਦਾ ਪਿਆ ਤੁਹਾਨੂੰ ਸੋਹਾਣੇ ਪਿੰਡ ਦਾ ਵਿੱਚ ਨੌਕਰ تھے بڑے بڑے ਡਾਕਟਰ ਥਾ ਹਾਂਜੀ ਫੌਜ ਮਾਂ ਹਾਂਜੀ ਉਹ ਵੀ ਥਾ ਉਹਦਾ ਨਾਂ ਕੀ ਸੀ ਜੀ ਡਾਕਟਰ ਫੈਜ਼ ਮੁਹੰਮਦ ਫੈਜ਼ ਮੁਹੰਮਦ ਉਹ ਫੌਜ ਡਾਕਟਰ ਸੀ ਹਾਂ ਹਾਂਜੀ ਆਪਣਾ ਤੂਫਾਨ ਤੂਫਾਨ ਦਾ ਉਹ ਵੀ ਕਿ ਕਿ ਜੀਵ ਹੋਰ ਨੱਕਵੇਂ ਲੱਗਿਆ ਹੁੰਦਾ ਅੱਛਾ ਬਜ਼ੁਰਗੋ ਜਿਹੜਾ ਤੁਹਾਡਾ ਪਿੰਡ ਸੀ ਸਮਾਣਾ ਇੱਥੇ ਕੋਈ ਮੇਲਾ ਲੱਗਦਾ ਸੀ ਮੇਲਾ ਕੋਈ ਇਸਕੇ ਨਜ਼ਦੀਕ ਹੀ ਮੇਲਾ ਥਨੇਸਰ ਲੱਗਿਆ ਕਰਦਾ ਸੀ ਸੂਰਜ ਗ੍ਰਹਿਣ ਦੇ ਮੌਕੇ ਬਾ ਕੀ ਕਿਹੜੇ ਕਿਹੜੀ ਜਗ੍ਹਾ ਤੇ ਲੱਗਦਾ ਸੀ ਕੁਰਕ ਖੇਤਰ ਵੀ ਕਹਾਂ ਤੇ ਥਨੇਸ਼ਰ ਵੀ ਕਹਾਂ ਤੇ ਕੁਰਕ ਖੇਤਰ ਕਹਿੰਦੇ ਸੀ ਕੁਰਕ ਖੇਤਰ ਹਾਂ ਕੁਰਕ ਕੁਰਕ ਖੇਤਰ ਹਾਂ ਅੱਛਾ ਜੀ ਉਹ ਕੁਰਕ ਖੇਤਰ ਚ ਮੇਲਾ ਲੱਗਦਾ ਸੀ ਕਾਹਦਾ ਲੱਗਦਾ ਸੀ ਮੇਲਾ ਜੀ ਉਹ ਸੂਰਜ ਗ੍ਰਹਿਣ ਕੇ ਮੌਕੇ ਬਾ ਮੇਲਾ ਲਾਏ ਬੜੇ ਬੜੇ ਰਾਜੇ ਆ ਕੇ ਇਕੱਠੇ ਮਾ ਅੱਛਾ ਉੱਥੇ ਕੋਈ ਘਾਟ ਸੀ ਪਾਣੀ ਸੀ ਉੱਥੇ ਲਾਉਂਦੇ ਸੀ ਸੁਣਿਆ ਉੱਥੇ ਤਲਾਬ ਬਣੇ ਸੀ ਤਲਾਬ ਬਣੇ ਸੀ ਘਾਟਾਂ ਮਾਂ ਤੇ ਬੜੇ ਬੜੇ ਰਾਜਾ ਆਮਾਂ ਤੇ ਉਹ ਪੁੰਨ ਕਰਾਂਦੇ ਅੱਛਾ ਲਾਉਂਦੇ ਸੀ ਆ ਕੇ ਹਾਂ ਹਿੰਦੂਆ ਦੇ ਹਿੰਦੂ ਆ ਕੇ ਨਾਂਦੇ ਸੀ ਉੱਥੇ ਸਭ ਤੋਂ ਪਹਿਲਾਂ ਕੋ ਤੌਨੀ ਕਾ ਵਾਦਾਂ ਨਿਭਾ ਕ ਅੱਛਾ ਤੇ ਇਹ ਹਿੰਦੂ ਜਿਹੜੇ ਸੀ ਇਹ ਇਹ ਵੀ ਜ਼ਮੀਨਦਾਰਾ ਕਰਦੇ ਸੀ ਇਹ ਹੋਰ ਕਾਰੋਬਾਰ ਸੀ ਇਹਨਾਂ ਦਾ ਨਹੀਂ ਇਹ ਵੀ ਜ਼ਿਮੇਦਾਰਾ ਕਰਾਂਦੇ ਅੱਛਾ ਹਿੰਦੂ ਵੀ ਜ਼ਿਮੀਦਾਰਾ ਕਰਦੇ ਸੀ ਹਾਂ ਕੁਛ ਹੰ ਦਾ ਮਨਰੂਸ ਕੀ ਜ਼ਮੀਨਾਂ ਸੀ ਕੋਈ ਖਤਰੀ ਬਣਾ ਤੇ ਉਹ ਆਂਟੀ ਦੁਕਾਨਾ ਕਰਾਂਦੇ ਅੱਛਾ ਕੋਈ ਮਸ਼ਹੂਰ ਉੱਥੇ ਦੀ ਦਰਗਾਹ ਹੋਵੇ ਦਰਬਾਰ ਜਿਸ ਤਰ੍ਹਾਂ ਇਸ ਤਰ੍ਹਾਂ ਇੱਥੇ ਆ ਹੁਣ ਕੋਈ ਹੈ ਸੀ ਕੋਈ ਤੁਹਾਡੇ ਨਜ਼ਦੀਕ ਮੇਲਾ ਲੱਗਦਾ ਸੀ ਜਿੱਥੇ ਯਾਨੀ ਕਿ ਦੂਸਰੇ ਮੁਸਲਮਾਨਾਂ ਦਾ ਮੇਲਾ ਲੱਗਦਾ ਹੋਵੇ ਦੂਸਰੇ ਮੁਸਲਮਾਨਾਂ ਦਾ ਫਿਰ ਕਰਨਾਲ ਪੱਕਾ ਲੱਗੇ ਕਰਵਾ ਅੱਛਾ ਗਏ ਉਹ ਕਦੇ ਉੱਥੇ ਛੋਟੇ ਮੈਂ ਤਾਂ ਛੋਟੀ ਉਮਰ ਮੈਂ ਤਾਂ ਨਹੀਂ ਗਿਆ ਅੱਛਾ ਜੀ ਵੱਡੇ ਜਾਂਦੇ ਸੀ ਹਾਂ ਵੱਡੇ ਜਾਂਦੇ ਵੱਡੇ ਜਾਂਦੇ ਸੀ ਤੇ ਬਜ਼ੁਰਗੋ ਜਿਹੜਾ ਤੁਸੀਂ ਉਹ ਛੱਡ ਕੇ ਆਏ ਹੋ ਜਿਹੜਾ ਪਿੰਡ ਸਮਾਣਾ ਜਿਹੜਾ ਪਿੰਡ ਹੈ ਤੁਸੀਂ ਉਹ ਛੱਡਿਆ ਹੁਣ ਅਗਰ ਤੁਹਾਨੂੰ ਲੈ ਜਾਈਏ ਉੱਥੇ ਹਾਂ ਹੁਣ ਅਗਰ ਲੈ ਜਾਈਏ ਉੱਥੇ ਤੁਹਾਨੂੰ ਇਹ ਪਛਾਣ ਲੋਗੇ ਆਪਣੇ ਪਿੰਡ ਨੂੰ ਪਛਾਣ ਲੈ ਪਛਾਣਾ ਹੀ ਕਿਉਂ ਨਹੀਂ ਕਿਸ ਤਰ੍ਹਾਂ ਦਾ ਪਿੰਡ ਸੀ ਪੱਕੇ ਮਕਾਨ ਸੀ ਕੱਚੇ ਸੀ ਮਸਜਿਦ ਹੈਗੀ ਸੀ ਦੋਨੋਂ ਤਰਫ ਸੜਕ ਥੀ ਹਾਂਜੀ ਇਸ ਤਰ੍ਹਾਂ ਰੇਲਵੇ ਲਾਈਨ ਜਾਂਦੀ ਜਿਹੜੀ ਲਾਹੌਰ ਤੋਂ ਦਿੱਲੀ ਪਹੁੰਚੀ ਅੱਛਾ ਜੀ ਰੇਲਵੇ ਲਾਈਨ ਉਹ ਉਹ ਕਿਹੜਾ ਸਟੇਸ਼ਨ ਸੀ ਉਹ ਸਟੇਸ਼ਨ ਮੀਨ ਕਾ ਵਜਾ ਦਾ ਅੱਛਾ ਮੀਨ ਹਾਂ ਮੀਨ ਕਾ ਸਟੇਸ਼ਨ ਸੀ ਦੂਸਰੀ ਰੋਡ ਜਾਂਦਾ ਦਾ ਲਾਹੌਰ ਸੇ ਲੈ ਕੇ ਦਿੱਲੀ ਤੱਕ ਠੀਕ ਹੈ ਜੀ ਇਹੀ ਰੋਡ ਆਪਣਾ ਮਲਤਾਨ ਰੋਡ ਤੇ ਲੈ ਕੇ ਜਾਂਦੇ ਹਾਂ ਹਾਂ ਜਿਸ ਤਰ੍ਹਾਂ ਜਾ ਰਿਹਾ ਲਾਹੌਰ ਨੂੰ ਇਸ ਤਰ੍ਹਾਂ ਲਾਹੌਰ ਤੱਕ ਰੋਡ ਆਉਂਦਾ ਹੈ ਚੜ੍ਹਦੀ ਤਰਫ ਤਾਂ ਅੱਛਾ ਚੜ੍ਹਦੇ ਪਾਸੇ ਗਾਉਂ ਕੇ ਇੱਕ ਸੜ ਜਾਂਦੀ ਸਮਾਨੇ ਤੇ ਲੈ ਕੇ ਮੀਨ ਸਟੇਸ਼ਨ ਤੱਕ ਠੀਕ ਹੈ ਜੀ ਵਿੱਚ ਕੇ ਮਾਇਕ ਸਟੇਸ਼ਨ ਕੱਚੀ ਨਿਕਲ ਜਾਂਦਾ ਅੱਛਾ ਪੰਜਾਬੀ ਜ਼ਬਾਨ ਸੀ ਬੋਲਦੇ ਜਾਂ ਕੋਈ ਹੋਰ ਜ਼ਬਾਨ ਬੋਲਦੇ ਸੀ ਉੱਥੋਂ ਦੇ ਮੁਰਦੂ ਬੋਲਾਂਦੇ ਅੱਛਾ ਉਰਦੂ ਦੇ ਨਾਲ ਮਿਲਦੀ ਜੁਲਦੀ ਜ਼ਬਾਨ ਚੱਲ ਕਾ ਉਰਦੂ ਦੀ ਇਹ ਜ਼ਬਾਨ ਦੇ ਵਿੱਚ ਜ਼ਿਆਦਾ ਸਾਰੀ ਇਹ ਹੀ ਚੱਲਦੀ ਪੰਜਾਬੀ ਨਹੀਂ ਸੀ ਬੋਲਦੇ ਲੋਕ ਨਹੀਂ ਪੰਜਾਬੀ ਕੋਈ ਨਹੀਂ ਬੋਲਦਾ ਅੱਛਾ ਕੋਈ ਨਹੀਂ ਸੀ ਬੋਲਦੇ ਹੈਗੇ ਸਾਰੇ ਜਿਹੜੀ ਕਿ ਸਾਰੇ ਇਹਨੂੰ ਮੁਸਲਮਾਨ ਉਰਦੂ ਹੀ ਬੋਲਾਂਦੇ ਉਰਦੂ ਉਰਦੂ ਜ਼ਬਾਨ ਬੋਲਦੇ ਸੀ ਇਹ ਉਰਦੂ ਜ਼ਬਾਨ ਜਿਹੜੀ ਹੈ ਇਹ ਪੜਾਉਂਦੇ ਵੀ ਸੀ ਉੱਥੇ ਸਕੂਲ ਦੇ ਵਿੱਚ ਹਾਂ ਪੜਾਉਂਦੇ ਸੀ ਉਰਦੂ ਮੇ ਹੀ ਪੜਾਈ ਹੋ ਬਥੇ ਤੇ ਬਾਕੀ ਵੀ ਜਿਹੜੀਆਂ ਇੱਕ ਦੂਸਰੇ ਜਿਹੜੇ ਹਿੰਦੂ ਸੀ ਉਹ ਵੀ ਉਰਦੂ ਪੜ੍ਹਦੇ ਸੀ ਇਹਨੂੰ ਵੀ ਪੜਹੰਦੇ ਅੱਛਾ ਉਹ ਜਿਹੜੇ ਹਿੰਦੀ ਪੜਹੰਦੇ ਉਹਨਾਂ ਨਾਲ ਦਾ ਆਪਣੇ ਪੰਡਤ ਰੱਖੇ ਰਹੇ ਠੀਕ ਹੈ ਜੀ ਸਕੂਲ ਦੇ ਅੰਦਰ ਸਾਰੀ ਉਰਦੂ ਜ਼ੁਬਾਨ ਦੀ ਪੜਾਈਦੀ ਅੱਛਾ ਬਜ਼ੁਰਗੋ ਜਦੋਂ ਸਕੂਲ ਦੇ ਦੌਰ ਦੇ ਵਿੱਚ ਕੋਈ ਯਾਦ ਹੈ ਕੋਈ ਗੱਲ ਕਿਸੇ ਨਾਲ ਥੋੜੀ ਤੁਸੀਂ ਲੜੇ ਹੋ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਯਾਦ ਹੋਵੇ ਸਕੂਲ 'ਚ ਕੋਈ ਮਾਰ ਪਈ ਹੋਵੇ ਛੋਟੇ ਬੱਚੇ ਸੀ ਨਾ ਤੁਸੀਂ ਉਸ ਟਾਈਮ 10 ਸਾਲ ਦੀ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਯਾਦ ਹੁੰਦੀ ਹੈ ਕਿ ਉਹ ਸਕੂਲ ਦੇ ਵਿੱਚ ਹੈ ਕੋਈ ਆਇਆ ਸੀ ਬੰਦਾ ਤੇ ਇਕੱਠੇ ਹੋਏ ਸੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਲੜਾਈ ਝਗੜਾ ਯਾਦ ਹੋਵੇ ਤੁਹਾਨੂੰ ਨਹੀਂ ਉਹਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਸੀ ਅਸਾ ਮੁੰਡਿਆਂ 'ਚ ਆਪਸ 'ਚ ਪਿਆਰ ਮੁਹੱਬਤ ਸੀ ਯਾਰ ਮਾ ਬੁੱਧ ਨਾਲ ਇੱਕ ਦੂਸਰੇ ਨਾਲ ਵਰਤਮਾਨ ਵਰਤਮਾਨ ਦਾ ਸਾਰਾ ਕੁਝ اچھا ਸਕੂਲ ਜਿਹੜਾ ਸੀ ਉਹ ਉਹਦੇ ਪਿੰਡ ਦੇ ਦਰਮਿਆਨ ਸੀ ਕਿ ਪਾਸੇ ਤੇ ਸੀ ਉਹ ਲੈਨੇ ਪਾਸੇ ਪਾਸੇ ਲੈਹਦੇ ਦੇ ਪਾਸੇ ਸੀ ਪਿੰਡ ਦੇ ਯਾਨੀ ਕਿ ਸਮਾਣੇ ਪਿੰਡ ਦੇ ਲੈਹਦੇ ਪਾਸੇ ਸੀ ਬਿਲਕੁਲ ਤੇ ਉਹ ਇਸ ਤੋਂ ਇਲਾਵਾ ਬਜ਼ੁਰਗੋ ਜਿਹੜੇ ਉੱਥੋਂ ਦੇ ਤੁਹਾਡੇ ਪਿੰਡ ਦੇ ਵਿੱਚ ਦੁਕਾਨਦਾਰ ਸੀ ਉਹਨਾਂ ਦੇ ਕੋਈ ਨਾਂ ਯਾਦ ਨਹੀਂ ਤੁਹਾਨੂੰ ਕੋਈ ਦੁਕਾਨਾਂ ਕਰਦੇ ਸੀ ਦੁਕਾਨਦਾਰ ਇੱਕ ਤੋਂ ਸਭ ਤੋਂ ਪਹਿਲਾਂ ਤਾਂ ਆਪਣਾ ਮਕੰਦਾ 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 ਦੂਸਰਾ ਕਿ ਭਾਈ ਸਾਧੂ ਦਾ ਠੀਕ ਹੈ ਜੀ ਤੀਸਰਾ ਪਰਮਾਲ ਦਾ ਠੀਕ ਹੈ ਜੀ ਔਰ ਬਨਾਰਸੀ ਦਾ ਠੀਕ ਹੈ ਜੀ ਇਹ ਖੱਤਰੀ ਇਹ 3 4 5 ਦੁਕਾਨਾਂ ਦੀ ਇਹਦੀ ਖੱਤਰੀ ਜਿਹੜੇ ਸੀ ਇਹ ਦੁਕਾਨਾਂ ਦਾ ਕੰਮ ਕਰਦੇ ਸੀ ਇਹ ਦੁਕਾਨਾਂ ਦਾ ਕੰਮ ਕਰਾਉਂਦੇ ਤੇ ਨੇੜੇ ਸ਼ਹਿਰ ਜਿਹੜਾ ਸੀ ਤੁਹਾਨੂੰ ਬਿਲਕੁਲ ਨੇੜੇ ਸੀ ਸ਼ਹਿਰ ਜਿਵੇਂ ਹੁਣ ਇੱਥੇ ਤੁਸੀਂ ਤੁਹਾਡੇ ਤੁਸੀਂ ਕਿਹੜੇ ਸ਼ਹਿਰ ਚ ਜਾਨੇ ਹੋ ਇੱਥੇ ਭਾਈ ਫਿਰੂ ਚਲੇ ਜਾਨੇ ਹੋ ਫੂਲ ਲਗਰ ਚਲੇ ਜਾਨੇ ਹੋ ਹਾਂ ਜੀ ਸਤ ਜਾਂ ਉੱਤਰ ਕਰਨਾਲ ਹੀ ਜਾਂਦੇ ਅੱਛਾ ਕਰਨਾਲ ਹੀ ਚਲੇ ਜਾਂਦੇ ਸੀ ਕਰਨਾਲ ਸ਼ਹਿਰ ਨੇੜੇ ਸੀ ਤੁਹਾਨੂੰ ਹਾਂ ਜਾਂ ਫਿਰ ਕੁਲਛੱਤਰ ਜਾ ਕੇ ਦਾਣੇ-ਦੂਣੇ ਪਸਵਾ ਕੇ ਲੈ ਕੇ ਆਂਦੇ ਉਹ ਨਜ਼ਦੀਕ ਸੀ ਕੁਰਖੇਤਰ ਤੁਹਾਡੇ ਤੋਂ ਹਾਂ ਉਹ 5 ਮੀਲ ਪਰਾ ਠੀਕ ਹੈ ਜੀ ਬਜ਼ੁਰਗੋ ਫਿਰ 1947 ਦਾ ਜਿਹੜਾ ਵਕਤ ਆਇਆ ਹੈ ਕਿਵੇਂ ਪਤਾ ਲੱਗਿਆ ਸੀ ਕਿ ਹੁਣ ਮੁਸਲਮਾਨ ਤੇ ਹਿੰਦੂ علیحدਾਂ-ਅਲਿਦਾ ਹੋ ਗਏ ਨੇ ਪਾਕਿਸਤਾਨ علیحدਾ ਬਣ ਗਿਆ ਹਿੰਦੁਸਤਾਨ علیحدਾ ਹੋ ਗਿਆ ਇਹ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਉਹ ਜਿਸ ਵੇ ਤੇ

ਵੀ ਮੁਸਲਮਾਨ ਆਪਣੀ ਲੜਾ ਰਸਤ ਮੰਗ ਰਹੇ ਹੈ ਤੇ ਲੜ ਜਾ ਘੜ ਕੇ ਇਹ ਰਸਤਾ ਲੜਾ ਬਣਵਾਈ ਸੀ ਠੀਕ ਹੈ ਉਹ ਵੇਲਾ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਦੇ ਲੋਕ ਸੀ ਲੜਨ ਝਗੜਨ ਵਾਲੇ ਸੀ ਵੀ ਤੁਸੀਂ ਉਹ ਕਿ ਸਾਰੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਮੈਂ ਤੁਹਾਨੂੰ ਪੁੱਛ ਲਿਆ ਅੱਗੇ ਮੈਂ ਗੱਲ ਸੁਣ ਲਓ ਮੇਰੀ ਗੱਲ ਤਾਂ ਸੁਣ ਲਓ ਫੇਰ ਕਿਉਂ ਤੁਹਾਨੂੰ ਉੱਥੋਂ ਆਉਣਾ ਪਿਆ ਕਿਉਂ ਰਹਿ ਕਿਉਂ ਨਹੀਂ ਤੁਸੀਂ ਉੱਥੇ ਪਿਆਰ ਨਾਲ ਬਣ ਨਾਲ ਲਖਸ਼ਣ ਹੋਏ ਨੇ ਬਿਲਕੁਲ ਸਾਰੇ ਅਮਨੋ ਆਮਾਨ ਹਾਂਜੀ ਜਿਸ ਵੇ ਪਾਕਿਸਤਾਨ ਦਾ ਨਾਮ ਰੱਖਿਆ ਗਿਆ ਹਾਂਜੀ ਕਿ ਉਹਨਾਂ ਨੂੰ ਕੱਢਣ ਵਾਸਤੇ ਮੁਸਲਮਾਨਾਂ ਨੂੰ ਤੇ ਉਹ ਉਹ ਦੁਸ਼ਮਣ ਬਣ ਗਏ ਅੱਛਾ ਵਾਹ ਤੇ ਉਹਨਾਂ ਨੇ ਕਾਲੀ ਅੱਛਾ ਉਹ ਕਹਿੰਦੇ ਸੀ ਕਿ ਤੋਂ ਮੁਸਲਮਾਨ ਚਲੇ ਜਾਣ ਹਾਂ ਫਿਰ ਲੜਾਈਆਂ ਝਗੜੇ ਸ਼ੁਰੂ ਹੋ ਗਏ ਇਹ ਲੜਾਈਆਂ ਝਗੜੇ ਸ਼ੁਰੂ ਤੇ ਤੁਹਾਡੇ ਪਿੰਡ ਦੇ ਵਿੱਚ ਫਿਰ ਕੋਈ ਲੜਾਈ ਝਗੜਾ ਹੋਇਆ ਕਿ ਅਮਨ ਨਾਲ ਹੀ ਨਿਕਲੇ ਹੋ ਨਹੀਂ ਐਸਾ ਲੜਾਈ ਝਗੜਾ ਸਾਡੇ ਪਿੰਡ ਮੈਂ ਕੋਈ ਨਹੀਂ ਹੋਇਆ ਬਾਅਦ ਵਿੱਚ ਜਿਸ ਵੇ ਕੱਢ ਦੇ ਗਏ ਫੌਜਾਂ ਆਮਲਾ ਸਾਡੇ ਬਕਰ ਕੇ ਫਿਰ ਨਿਕਲ ਗਏ ਅੱਛਾ ਜਾਨੀ ਕਿ ਤੁਸੀਂ ਨਿਕਲਦੇ ਨਹੀਂ ਸੀ ਉੱਥੋਂ ਨਾ ਜੀ ਅਸੀਂ ਨਹੀਂ ਨਿਕਲਦੇ ਦੀ ਨਹੀਂ ਸੀ ਕਿਉਂ ਕੀ ਵਜ੍ਹਾ ਸੀ ਹੈ ਕੀ ਵਜ੍ਹਾ ਸੀ ਕਿਉਂ ਨਹੀਂ ਸੀ ਨਿਕਲਦੇ ਤੁਹਾਡਾ ਦਿਲ ਨਹੀਂ ਸੀ ਕਰਦਾ ਉੱਥੋਂ ਆਉਣ ਨੂੰ ਅੱਛਾ ਉਹਨਾਂ ਪਾਕਿਸਤਾਨ ਮੈਂ ਤਾਂ ਦਿਲ ਨਹੀਂ ਕਰ ਰਿਹਾ ਸੀ ਕਿਸ ਨੂੰ ਮੈਂ ਸੱਜੇ ਬੈਠੇ ਸੀ ਅੱਛਾ ਜੀ ਇਕੱਠੇ ਠੀਕ ਹੈ ਜੀ ਉਸ ਵਕਤ ਉਹਨਾਂ ਨੇ ਫਿਰ ਆਪਣਾ ਮਾਰਚ ਜੋਰ ਕਰਨਾ ਸ਼ੁਰੂ ਕਰਿਆ ਅੱਛਾ ਜੀ ਹਿੰਦੂ ਲੋਕ ਜਵਾਬ ਦੇ ਕੇ ਲੈਣ ਇਸ ਪਿੰਡ ਨੂੰ ਹਮ ਨਹੀਂ ਉਠਾ ਸਕਦੇ ਠੀਕ ਹੈ ਜੀ ਫਿਰ ਵਹਾਂ ਤੇ ਉਹਨਾਂ ਨੂੰ ਫੌਜ ਔਰ ਪੁਲਿਸ ਦੇ ਜਰੀਏ ਆਮਲਾ ਕਰਕੇ ਮਾਰੇ ਵਫੇ ਉੱਠਾਈ ਅੱਛਾ ਠਾ ਦਿੱਤੇ ਜਦੋਂ ਤੁਸੀਂ ਨਿਕਲਿਓ ਪਿੰਡ ਦੇ ਵਿੱਚੋਂ ਉਹ ਰਾਤ ਦਾ ਟਾਈਮ ਸੀ ਕਿ ਦਿਨੇ ਦਿਨੇ ਹੀ ਸੁਬਾ ਸਵੇਰ ਦਾ ਟਾਈਮ ਸੀ ਜਹੂਰ ਕੇ ਵਕਤ ਤੱਕ ਲੈ ਕੇ 2 ਵਜੇ ਦਾ ਲੈ ਕੇ ਹਾਂਜੀ ਆਮਲਾ ਹੋਇਆ ਸੀ ਯਾਨੀ ਸਾਰੀ ਰਾਤ ਚਲੀ ਗਈ ਤੇ ਅਗਲੇ ਦਿਨ ਸੂਰਜ ਨਿਕਲੇ ਤੱਕ ਅਰੇ ਆਮਲਾ ਰਹਾ ਹਾਂਜੀ ਫਿਰ ਵਾਹ ਤੇ ਉਹਨਾਂ ਨੂੰ ਹੋਰ ਨਫਰੀ ਮੰਗੀ ਠੀਕ ਹੈ ਜੀ ਮੈਂ ਇਹ ਕੰਮ ਨਹੀਂ ਬੰਦਦਾ ਵੀ ਇਹ ਤਕੜੇ ਨੇ ਲੋਕ ਹਾਂ ਇੰਨੇ ਹੀ ਨਿਕਲਦੇ ਨਹੀਂ ਨਿਕਲਦੇ ਉहां ਕੋਈ ਵੀ ਮੁਸਲਮਾਨ ਇਹ ਬਟਾ ਸੀ ਆਏ ਕੋ ਲੱਗ ਨੇ ਇੱਕ ਪਿੰਡ ਕੀ ਉਪਰ ਇਤਨਾ ਗਮਸਾਨ ਕੀ ਜਨ ਹੋ ਰਹੀ ਹੈ ਉਸਨੇ ਆ ਕੇ ਫੇਰ ਬੰਦ ਕਰਾ ਕੇ ਤੇ ਫੇਰ ਮੁਸਲਮਾਨਾਂ ਦੇ ਝੰਡੇ ਢਿਏ ਤੇ ਵੀ ਪਿੰਡ ਬੰਦ ਤਲਾਸ਼ੀ ਹਥਿਆਰਾਂ ਦੀ ਤਲਾਸ਼ੀ ਲੈ ਕੇ ਤਾਂ ਉਹਨਾਂ ਵਾਪਸ ਕਰ ਦੇਣਗੇ ਉਹਨੇ ਆ ਕੇ ਸਾਡੇ ਪਿੰਡੋਂ ਬਾਹਰ ਮੁਸਲਮਾਨ ਕੱਢ ਦੇ ਫੇਰ ਕਿ ਨੱਕ ਜੇ ਆਪਣੀ ਮਾ ਬੜਨ ਦੀ ਹੈ ਨਾ ਬੜੇ ਅਚਾਬ ਕੀ ਕੀ ਸਵਾਰੀ ਸੀ ਕਾਦੇ ਤੇ ਉਥੋਂ ਨਿਕਲੇ ਹੋ ਕੀ ਪੈਦਲ ਹੀ ਹੈ ਕੋਈ ਗੱਡੇ ਸੀ ਨਹੀਂ ਉਹਨਾਂ ਨੇ ਆਪਣੇ ਟਰੱਕ ਲਾ ਕੇ ਟਰੱਕ ਲਾ ਕੇ ਹਾਂ ਉਹਨਾਂ ਨੂੰ ਚਾਰ ਪੰਜ ਮੀਲ ਪੀਪਲੀ ਕੈਂਪ ਸਾ ਪੀਪਲੀ ਵਿਚਾ ਦੀ ਠੀਕ ਹੈ ਵਾ ਕੈਂਪ ਲਾ ਦਿਆ ਬੁਸਬਾਨਾ ਦਾ ਠੀਕ ਹੈ ਤੰਬੂ ਤੰਬੂ ਆ ਮਾ ਜਗਾ ਦੀ ਔਰ ਵਾ ਮੁਕੇ ਨੰਗੇ ਮਹਾਰਸਤਾਨ ਅੱਛਾ ਬਜ਼ੁਰਗੋ ਹਿੰਦੂਆਂ ਤੇ ਸਿੱਖਾਂ ਤੇ ਜੱਥੇ ਵੀ ਪੈਰ ਹੈ ਤੁਹਾਡੇ ਕਾਫਲੇ ਨੂੰ ਨਹੀਂ ਕਾਫਲੇ ਮੈਂ ਸਾਡੇ ਮਿੰਦੇ ਇੱਕ ਪੈਸੇ ਹੀ ਤਾਂ ਉਸ ਵਕ ਗੋਰਖਾ ਰਜਮੈਂਟ ਜਿਹੜੀ ਸੀ ਨਾ ਜਿਹੜੀ ਗੋਰਖਾ ਰਜਮੈਂਟ ਜਿਹੜੀ ਉਹਨਾਂ ਨੇ ਕੰਟਰੋਲ ਸੰਭਾਲ ਲਿਆ ਉਹਨਾਂ ਨੇ ਕੰਟਰੋਲ ਸੰਭਾਲ ਲਿਆ ਸੀ ਇਹਨਾਂ ਨੂੰ ਨਜ਼ਦੀਕ ਨਹੀਂ ਆਣੇ ਦਿੱਤੇ ਅੱਛਾ ਨਜ਼ਦੀਕ ਨੇ ਉਹਨਾਂ ਨੇ ਕਿਸੇ ਦਾ ਨੁਕਸਾਨ ਨਹੀਂ ਹੋਣ ਦਿੱਤਾ ਨੁਕਸਾਨ ਨਹੀਂ ਹੋਣ ਦਿੱਤਾ ਤੇ ਸਮਾਨ ਸਮੋਣ ਜਿਹੜਾ ਸੀ ਸਾਰਾ ਉੱਥੇ ਛੱਡਿਆ ਸੀ ਇਹ ਲੈ ਆਏ ਸਾਰਾ ਛੱਡ ਕੇ ਆਏ ਬਿਲਕੁਲ ਇੱਕ ਐਸਾ ਨਹੀਂ ਵਿੱਚ ਕੋਈ ਇਤਨੀ ਚੀਜ਼ ਇਹ ਪੈਸਾ ਜਾਂ ਟਕਾ ਜਾਂ ਜੇਬਰ ਕੋਈ ਚੀਜ਼ ਚੱਕਣੀ ਹੋਵੇ ਅੱਛਾ ਜੀ ਹਜ਼ਰ ਕੋ ਤਾਂ ਫਿਰ ਨਿਕਲ ਕੇ ਕਿਹੜੀ ਜਗ੍ਹਾ ਕੈਂਪ ਲੱਗਿਆ ਤੁਹਾਡਾ ਪੀਪਲੀ ਕੈਂਪ ਅੱਛਾ ਪੀਪਲੀ ਲੱਗਿਆ ਕਿ ਕੈਂਪ ਪੀਪਲੀ ਕੋਈ ਸ਼ਹਿਰ ਹੈ ਉਹ ਛੋਟਾ ਜਿਹਾ ਕਸਬਾ ਤਾਂ ਪੀਪਲੀ ਅੱਛਾ ਜੀ ਉहां ਉहां ਜਾ ਕੇ ਉਹਨਾਂ ਨੇ ਸਾਡਾ ਗਉਂ ਕਰਿਆ ਹੋਰ ਦੋ ਚਾਰ ਪਿੰਨਾਂ ਦੇ ਬੰਦੇ ਇਕੱਠੇ ਕਰਕੇ ਫਿਰ ਉहां ਤੇ ਸਵਾਦ ਕੰਮ ਮਲੇਗੇ ਅੱਛਾ ਉੱਥੇ ਕਿੰਨੇ ਦਿਨ ਪੀਪਲੀ ਕੈਂਪ ਵਿੱਚ ਕਿੰਨੇ ਦਿਨ ਰਹੇ ਤੁਸੀਂ 17 ਦਿਨ 17 ਦਿਨ ਰਹੇ 17 ਦਿਨ ਖਾਣ ਪੀਣ ਦੇ ਕੀ ਹਾਲਾਤ ਸੀ ਖਾਣ ਪੀਣ ਨੂੰ ਮਿਲਦਾ ਸੀ ਖਾਣ ਪੀਣ ਨੂੰ ਕੋਈ ਮਿਲਿਆ ਕੋਈ ਸੁਆਦ ਕਰਨਾ ਪੀਰ ਸੀ ਠੀਕ ਹੈ ਜੀ ਪੀਰ ਜੀ ਉਹ ਇਹਦਾ ਵੀ ਦਸੰਦੇ ਤਾਂ ਮੁਸਲਮਾਨਾਂ ਦਾ ਵੀ ਠੀਕ ਹੈ ਜੀ ਉਹ ਛੋਲੇ ਕਿ ਉਂਗਣੀਆਂ ਜਾਂ ਕਣਕ ਨੂੰ ਵਾਲ ਕੇ ਉਹ ਭੇਜਦੇ ਕਰਾਦਾ ਗੱਡੀ ਆਵਾਂ ਉਹ ਕਿਸੇ ਨੇ ਇਤਨੀ ਆ ਗਈ ਕਿਸੇ ਨੇ ਨਹੀਂ ਆਈ ਠੀਕ ਹੈ ਉਹ ਫੱਕੇ ਤੇ ਪਾਣੀ ਦੇ ਗੁਜ਼ਾਰਾ ਸੀ और कोई गुजारा कोई रोटी नहीं थी कोई रोटी नहीं थी सत... देना तो बाद हो ए, अगे पे। आगे हाँ सतारा दिन बाद फिर 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 जगह पे मील तक चल के गए पैदल जेडे बूढ़े ठेरे गए उन्होंने बचे छोड़ दिए पीछे उन्होंने फिर अपना गोरखा रेजिमेंट की 라이트 ਗੱਡੀਆਂ ਠੀਕ ਹੈ ਜੀ ਉਹ ਬੁੱਢੇ ਛੇਰਨ ਚੱਕਿਆ ਅੱਗੇ ਕੈਂਪੋਂ ਪਛਾਨਦੀ ਰਹੀ ਅੱਛਾ ਜੀ ਉਹ ਤੋਂ ਫਿਰ ਤੁਸੀਂ ਲਾਹੌਰ ਆਏ ਜਾਂ ਕਿਸੇ ਹੋਰ ਜਗ੍ਹਾ ਤੇ ਆਏ ਵਾਹਨ ਤੇ ਫਿਰ ਸਾਨੂੰ ਪਾਕਿਸਤਾਨ ਮਾ ਹਰ ਮਾਰ ਤੇ ਕੁਝ ਲੋਗ ਇਨ ਪਸੰਦ ਨਾ ਵਾ ਟੱਕਾ ਟੱਕਾ ਤੇ ਤੁਨੋ ਤੇ ਟੱਕਾ ਮਾਏ ਕੁਝ ਲੋਗ ਆਏ ਹਮਾਰੇ ਗਾਉਂ ਕੇ ਫਿਰ रेल मां रेल ਚ ਆ ਗਏ। ਰੇਲ ਜਿਹੜੀ ਕਰਨਾਲੇ ਕਰਨਾਲ ਤੋਂ ਲੈ ਕੇ ਅੰਬਾਲਾ ਤੱਕ ਜਾਂਦੀ ਹੈ ਅੰਬਾਲਾ ਤੱਕ ਜਾਂਦੀ ਸੀ। ਇਹ ਉਹ ਸਾਈਡ ਤੋਂ ਆਇਆ ਜਾਂ ਕੋਈ ਹੋਰ ਰਸਤਾ ਸੀ ਉਹਦਾ? ਰਸਤਾ ਰੇਲਵੇ ਤੇ ਤਾਂ ਇਹ ਹੀ ਆਇਆ ਨਾ ਬਾਕੇ ਬਾਰਡਰ ਪਰ ਹੋ ਕੇ। ਅੱਛਾ ਬਾਕੇ ਬਾਰਡਰ ਵਾਲੀ ਸਾਈਡ ਤੋਂ ਕਸੂਰ ਆ ਗਏ ਇੱਧਰ ਆ ਕੇ। ਇੱਥੇ ਗੁਜ਼ਰ ਕੇ ਸਰਗੋਦਾ ਜਾ ਕੇ ਤਾਰੇ। ਅੱਛਾ ਸਰਗੋਦੇ ਚਲੇ ਗਏ ਸੀ ਤੁਸੀਂ ਆ। ਅਛਾ ਬਜ਼ੁਰਗੋ ਜਿਹੜਾ ਇੱਥੇ ਹੁਣ ਅਸੀਂ ਰਾਣੇ ਫੂਲ ਮੁਹੰਮਦ ਖਾਨ ਦਾ ਨਾਮ ਸੁਣਿਆ ਜਦੋਂ ਦੇ ਅਸੀਂ ਪੈਦਾ ਹੋਏ ਆ ਇਸ ਇਲਾਕੇ ਦੇ ਵਿੱਚ ਇਹਨਾਂ ਦਾ ਖਾਨਦਾਨ ਵੀ ਕਰਨਾਲ ਚੋਂ ਆਇਆ ਸੀ ਇਹ ਵੀ ਜਿਹੜਾ ਕਰਨਾਲ ਕੇ ਤੇ ਇਹ ਵੀ ਚੌਧਰੀ ਸੀ ਉਧਰ ਜਾਂ ਨਾਰਮਲ ਹੀ ਸੀ ਕੰਮ ਨਹੀਂ ਚੌਧਰੀ ਆਦਮੀ ਥੇ ਤੇ ਬੱਚਾ ਦਾ ਉਸ ਵਕਤ ਫੂਲ ਅਛਾ ਇਹਨਾਂ ਦੇ ਵੱਡੇ ਸੀ ਜਿਹੜੇ ਉਧਰ ਵੀ ਸਿਆਸਤ ਕਰਦੇ ਸੀ ਉਧਰ ਵੀ ਕਿਸ ਤਰ੍ਹਾਂ ਉਧਰ ਵੀ ਜੇਲ੍ਹਦਾਰੀ ਮਿਲੀ ਫੂਲ ਨੂੰ ਉਧਰ ਜੇਲ੍ਹਦਾਰੀ ਮਿਲ ਗਈ ਅਛਾ ਉਧਰ ਜੇਲ੍ਹਦਾਰ ਇਹ ਜਿਹੜੀ ਕਿ ਉਹ ਹਿੰਦੁਸਤਾਨ ਚ ਇਹ ਜੈਲਦਾਰ ਸੀ ਹਾਂ ਯਾਨੀ ਕਿ ਤਕੜੇ ਸੀ ਉਧਰ ਵੀ ਤੇ ਇਹ ਇਹ ਵੀ ਥੋੜੇ ਨਾਲ ਆਏ ਨੇ ਇਹ علیحد੍ਹਾ ਆਏ ਨੇ ਨਾ ਇਹ ਲਾਲਾ ਲਾਲਾ ਰਾਏ ਨੇ ਠੀਕ ਇਹ ਤਾਂ ਸਿੱਧੇ ਇੱਥੇ ਆ ਕੇ ਤੁਸੀਂ ਸਰਗੋਦੇ ਚਲੇ ਗਏ ਹਾਂ ਠੀਕ ਹੋ ਗਿਆ ਜੀ ਤੇ ਸਰਗੋਦੇ ਕਿਹੜੀ ਜਗ੍ਹਾ ਰਹਿ ਜਾ ਕੇ ਜੀ ਬਜ਼ੁਰਗੋ 베ਰਾ 베ਰੇ ਰਹਿ ਤੁਸੀਂ ਜਾ ਕੇ 베ਰੇ 베ਰੇ ਤਾਂ ਫਿਰ ਤੁਸੀਂ ਨਥੇ ਖਾਲਸਾ ਇਹ ਉਹਦੋਂ ਲਾਹੌਰ ਚ ਸੀ ਤੇ ਨਥੇ ਜਗੀਰ ਇਹ ਵੀ ਲਾਹੌਰ ਨਥੇ ਜਗੀਰ ਵੀ ਲਾਹੌਰ ਸੀ ਭਾਈ ਫਿਰ ਉਹ ਵੀ ਲਾਹੌਰ ਚ ਸੀ ਸਾਰੇ ਇਲਾਕੇ ਉਦੋਂ ਲਾਹੌਰ ਦੇ ਹੀ ਸੀ ਜਦੋਂ ਪਾਕਿਸਤਾਨ ਬਣਿਆ ਉਦੋਂ ਲਾਹੌਰ ਤੋਂ ਤੁਹਾਨੂੰ ਫਿਰ ਇੱਥੇ ਇੱਥੇ ਕਿਸ ਤਰ੍ਹਾਂ ਆਏ ਲਾਹੌਰ ਤੋਂ ਕਿਸ ਤਰ੍ਹਾਂ ਆਏ ਤੁਸੀਂ ਮਾਪਾ ਜ਼ਮੀਨਾਂ ਲਾਟ ਨਹੀਂ ਹੋਈ ਆ ਮਨੋ ਹਾਂਜੀ ਮਥੇ ਬੇਰੇ ਜ਼ਮੀਨਾਂ ਨਹੀਂ ਮਿਲੀਆਂ ਬੇਰੇ ਜ਼ਮੀਨ ਮ ਕੋਈ ਨਹੀਂ ਬਸ ਸਹਰ ਸਾ ਹਾਂਜੀ ਵਾਹ ਤੋਂ ਇਹ ਛੋਟ ਜੋੜ ਕੇ ਮੈਂ ਆ ਗਿਆ ਯਹਾਂ ਰਾਣਾ ਪੂਲ ਤੇ ਆ ਅੱਛਾ ਜੀ ਰਾਣਾ ਪੂਲ ਇੱਥੇ ਲੈ ਕੇ ਆਏ ਨੇ ਤੁਸੀਂ ਹਾਂ ਉਹਨੇ ਯਹਾਂ ਪਰਮਿਟ ਕਰਵਾ ਕੇ ਲੋਕ ਆ ਬਾਤ ਕਰੇ ਠੀਕ ਹੈ ਜੀ ਫਿਰ ਯਹਾਂ ਜ਼ਮੀਨਾਂ ਲਾਟ ਹੋ ਗਈਆਂ ਠੀਕ ਹੈ ਜੀ ਉਨਰ ਐਨਸਨ ਲਗੇ ਅੱਛਾ ਬਜ਼ੁਰਗੋ ਐ ਜਿਹੜੇ ਪਿੰਡ ਹੈ ਨਥੇ ਜਗੀਰ ਹੈ ਜਿਹੜਾ ਇੱਥੇ ਪਿੱਛੋਂ ਕਿਹੜੇ-ਕਿਹੜੇ ਪਿੰਡ ਦੇ ਬੰਦੇ ਆ ਕੇ ਬੈਠੇ ਨੇ ਪਿਛਲੇ ਕਿਹੜੇ ਪਿੱਛੋਂ ਸਮਾਣੇ ਦੇ ਆਂ ਹਾਂਜੀ ਰੌੜਗੇ ਆਂ ਹਾਂਜੀ ਸੰਲ ਕੇ ਆਂ ਸੰਦ ਕੇ ਦਿਨੌਲੀ ਕੇ ਆਂ ਹਾਂਜੀ ਕੋਤਰਖਾਨੇ ਕੇ ਬੈਠੇ ਠੀਕ ਹੈ ਜੀ ਆਪਣਾ ਗੰਜੋ ਘੜੀ ਕੇ ਬੈਠੇ ਠੀਕ ਹੈ ਜੀ ਆਪਣਾ ਮਸਾਨੇ ਕੇ ਬੈਠੇ ਹਾਂਜੀ ਇਹ Rajputrangle ਬਟੇ ਕੁਝ פרוਜ ਪਰ ਕੇ ਬੈਠੇ ਇਹ ਸਾਰੇ Rajput Chauhan Rajput ਹੀ ਨੇ ਜੇ ਹੋਰ ਵੀ ਗੋਤਾਂ ਨੇ ਇਹਨਾਂ ਦੀਆਂ ਨਹੀਂ चौहान ਤੇ ਮੜਾੜ 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 ਅੱਛਾ ਮੜਾੜ ਵੀ Rajputਾਂ ਦੀ ਗੋਤ ਹੈਗੀ ਆ ਜੀ ਹਾਂਜੀ ਤਕੜੀ ਗੋਤ ਹੈ ਜੀ ਅੱਛਾ ਬਜ਼ੁਰਗੋ ਇਹ ਜਿਹੜਾ ਹੁਣ ਇੱਥੇ ਬੈਠਿਆ ਜਿੱਥੇ ਪਾਕਿਸਤਾਨ ਦੇ ਵਿੱਚ ਇਹ ਜਿਹੜਾ ਪਿੰਡ ਆ ਨਥੀ ਜਗੀਰ ਇੱਥੇ ਆ ਕੇ ਤੁਸੀਂ ਜਦੋਂ ਆ ਬਸੇ ਹੋ ਲੋਕਾਂ ਨੇ ਜਿਹੜੇ ਇੱਥੋਂ ਪਹਿਲੇ ਰਹਿੰਦੇ ਸੀ ਉਹਨਾਂ ਨੇ ਤੁਹਾਨੂੰ ਇੱਥੇ ਰਹਿਣ ਵਾਸਤੇ ਕੋਈ ਮੁਸ਼ਕਲਤਾ ਨਹੀਂ ਆਈ ਲੜਾਈ ਝਗੜੇ ਤਾਂ ਨਹੀਂ ਹੋਏ ਆ ਕੇ ਬੈਠ ਗਿਓ ਤੁਸੀਂ ਉਦੋਂ ਹੁੰਦੇ ਰਹੇ ਸਾਰਾ ਕੁਝ ਹੁੰਦਾ ਰਿਹਾ ਕਿਹੜੀ ਕਿਹੜੀ ਕੌਮ ਬੈਠੀ ਸੀ ਪਹਿਲੇ ਜਦੋਂ ਤੁਸੀਂ ਆਏ ਹੋ ਸਾਡੇ ਆਉਣ ਦਾ ਪਹਿਲੇ ਬੈਠੇ ਦੇ ਸੀਖ شیخ ਸੀ شیخ ਬੈਠੇ ਸੀ ਜੇ ਮੈਂ ਮੈਊ ਬੈਠੇ ਸੀ ਠੀਕ ਹੈ ਮੈਂ ਵੀ ਬਿਜਾਏ ਹਾਂਜੀ ਠੀਕ ਹੈ ਜੀ ਹਾਂ ਚਾ ਜੀ ਆਪਣਾ ਘਰਾਂ ਘਰਲੇ ਬੈਠੇ ਦੇ ਘਰਲੇ ਬੈਠੇ ਸੀ ਔੜ ਬੈਠੇ ਔੜ ਬੈਠੇ ਸੀ ਇਹ ਕੰਮ ਇਹਨਾਂ ਨਾਲ ਲੜਾਈ ਝਗੜੇ ਹੋਏ ਫਿਰ ਤੁਹਾਡੇ ਹਾਂ ਇਹਨਾਂ ਨਾਲ ਸੇਖਾ ਨਾਲ ਵੀ ਲੜਾਈ ਝਗੜਾ ਹੋਇਆ ਖਾਲਾ ਨਾਲ ਵੀ ਲੜਾਈ ਝਗੜਾ ਹੋਇਆ ਅੱਛਾ ਇਹ ਜ਼ਮੀਨਾਂ ਜਿਹੜੀਆਂ ਤੁਹਾਨੂੰ ਲਾਟ ਹੋਈਆਂ ਸੀ ਇਹ ਪਹਿਲੇ ਇਹਨਾਂ ਦੇ ਕੋਲੇ ਸੀ ਇਹ ਪਹਿਲੇ ਸਿੱਖਾਂ ਜਮੀਨਾਂ ਬਾਅਦ ਵਿੱਚ ਨੇ ਕਬਜ਼ੇ ਕਰ ਲਈ ਜਿਵੇਂ ਕਬਜ਼ੇ ਕਰ ਲਈ ਸਿੱਖਾਂ ਤੋਂ ਜਾਣ ਤੋਂ ਬਾਅਦ ਸਿੱਖ ਕਦੇ ਵੱਡੇ ਸਰਦਾਰ ਇੱਥੇ ਰਹਿੰਦੇ ਸੀ ਸਿੰਧੂਆਂ ਦਾ ਪਿੰਡ ਸੀ ਜਦੋਂ ਪਾਕਿਸਤਾਨ ਬਣਨ ਤੋਂ ਪਹਿਲੇ ਪਾਕਿਸਤਾਨ ਬਣਨ ਤੋਂ ਪਹਿਲੇ ਉਹ ਸੀ ਆਪਣਾ ਉਦਮ ਸਿੰਘ ਹਾਂਜੀ ਤਾਂ ਆਪਣੇ ਕੀ ਸਾਬ ਮਜਾਂ ਦੇ ਦੂਰ ਤੇ ਡੋਗਰ ਸਿੰਘ ਸੀ ਜੀ ਮੰਗਲ ਸਿੰਘ ਸੀ ਡੋਗਰ ਸਿੰਘ ਸੀ ਇਹ 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 ਨਾਂ ਜਾਨੀ ਕਿ ਸੁਣੇ ਨੇ ਕਿ ਇੱਥੇ ਰਹਿੰਦੇ ਸੀ ਇਹਨਾਂ ਦਾ ਸਿੰਧੂ ਸੀ ਇਹਨਾਂ ਦੀ ਜਾਨੀ ਕਿ ਜੱਟ ਸਿੰਧੂ ਜਿਵੇਂ ਹੁਣ ਮੁਸਲਮਾਨ ਵੀ ਨੇ ਹਿੰਦੂ ਵੀ ਨੇ ਸਿੱਖ ਵੀ ਨੇ ਇਹ ਜਾਂਦਾ ਜਾਂ ਲੋਕ ਜਦੋਂ ਤੇ ਇਹ ਹਿੰਦੂ ਹਿੰਦੂ ਹੀ ਤੇ ਨਹੀਂ ਨਹੀਂ ਸਿੱਖ ਸੀ ਇੱਥੇ ਜਿਹੜੇ ਰਹਿੰਦੇ ਸੀ ਅੱਛਾ ਇਹ ਜਿਹੜਾ ਪਿੰਡ ਤੋਂ ਤੁਸੀਂ ਨਥੇ ਜਗੀਰ ਚ ਆਏ ਹੋ ਇੱਥੇ ਕਿਸ ਤਰ੍ਹਾਂ ਦੇ ਘਰ ਸੀ ਪੱਕੇ ਘਰ ਸੀ ਇਹ ਜਾਂ ਕੱਚੇ ਸੀ ਮਕਾਨ ਤੇ ਸਿਰਫ ਦੋ ਪੱਕੇ ਤੇ ਬਾਕੀ ਸਾਰੇ ਕੱਚਾ ਦਾ ਅੱਛਾ ਜਿਨ੍ਹਾਂ ਦੇ ਪੱਕੇ ਮਕਾਨ ਸੀ ਇਸ ਪਿੰਡ ਦੇ ਵਿੱਚ ਉਹਨਾਂ ਦੇ ਨਾਂ ਸੁਣੇ ਹੋਣੇ ਤੁਸੀਂ ਕਿਹਦਾ ਕਿਹਦਾ ਮਕਾਨ ਆ ਜਾਂ ਲਿਖੀ ਹੋਣੀ ਤਖਤੀ ਪੜੀ ਹੋਈ ਤੁਸੀਂ ਪੜ ਵੀ ਲੈਂਦੇ ਸੀ ਤੁਸੀਂ ਕਿਉਂਕਿ ਉਧਰ ਤੇ ਪੜੇ ਹੋਏ ਸੀ ਤੁਹਾਨੂੰ ਪਤਾ ਕਿਹਦਾ ਕਿਹਦਾ ਸੀ ਮਕਾਨ ਉਹ ਪੱਕਾ ਪੱਕਾ ਮਕਾਨ ਇੱਕ ਬਾਲ ਸਿੰਘ ਸੀ ਬਹਾਲ ਸਿੰਘ ਹਾਂ ਦੂਸਰਾ ਦੂਸਰਾ ਉਸ ਕਬਾਈ ਦਾ ਇਹ ਕਹੋ ਕੀ ਨਾਮ ਦੱਸੋਗੇਗਾ ਇੱਕ ਅੱਛੇ ਮਕਾਨ ਦੇ ਜਿੰਨ ਕੇ ਪੱਕੇ ਅਵੇਲੀ ਉਹਦੋ ਸਿੰਘ ਥਾ ਹਾਂਜੀ ਅੱਛਾ ਠੀਕ ਜਦੋਂ ਇਹ ਜਿਹੜਾ ਹੁਣ ਇੱਥੇ ਬੈਠੇ ਆ ਇਸ ਜ਼ਿਲ੍ਹੇ ਕਸੂਰ ਚ ਆ ਗਿਆ ਜੀ ਹੁਣ ਤੇ ਨਥੇ ਜਗੀਰ ਜਿਹੜਾ ਨਾ ਜੀ ਇਹ ਜ਼ਿਲ੍ਹੇ ਕਸੂਰ ਚ ਆ ਗਿਆ ਹੁਣ ਹਾਂ ਇੱਥੇ ਮਤਮੇਨ ਤੁਸੀਂ ਕਿ ਉਹ ਵਕਤ ਚੰਗਾ ਸੀ ਆ ਵੇਲਾ ਮੈਂ ਪੁੱਛਦਾ ਰਹਿਣਾ ਮੈਂ ਇਹ ਹੀ ਕੋਸ਼ਿਸ਼ ਕਰਦਾ ਕਿ ਬਜ਼ੁਰਗਾਂ ਕੋਲ ਪੁੱਛੇ ਕਿ ਉਹ ਵਕਤ ਚੰਗੇ ਸੀ ਸੋਹਣੇ ਸੀ ਉੱਥੇ ਬੈਠੇ ਰਹਿੰਦੇ ਚੰਗਾ ਸੀ ਜੇ ਇੱਧਰ ਆ ਕੇ ਠੀਕ ਰਹਿ ਗਏ ਹੂੰ ਤੇ ਦੇਖੋ ਵਕਤ ਵਕਤ ਕੀ ਬਾਤ ਆ ਉੱਥੇ ਵੀ ਚੰਗੇ ਬੈਠੇ ਤੇ ਉਰਾ ਕਾ ਵੀ ਚੰਗੇ ਵਰਤੇ ਠੀਕ ਹੈ ਜਿਹਾ ਸਾ ਵਕਤ ਉਹ ਐਸਾ ਵਰਤਣਾ ਪੜਾ ਕਹਿੰਦੇ ਨੇ ਨਾ ਕਿ ਕੋ ਬਿਮਾਰੀਆਂ ਪੈ ਗੀਆਂ ਸੀ ਫੈਲ ਗਈਆਂ ਸੀ ਦਵਾਈਆਂ ਨਹੀਂ ਮਿਲੀਆਂ ਕੁਝ ਲੋਕ ਠੰਡ ਨਾਲ ਮਾਰੇ ਗਏ ਕੋਈ ਭੁੱਖ ਨਾਲ ਮਾਰੇ ਗਏ ਉਹ ਇੱਕ ਮੁਸੀਬਤ ਦਾ ਇੱਕ ਟਾਈਮ ਜਿਹੜਾ ਕੱਟਿਆ ਉਹਦੇ ਵੇ ਤੁਹਾਡੇ ਤੇ ਕੋਈ ਮਸਲਾ ਨਹੀਂ ਇਸ ਤਰ੍ਹਾਂ ਦਾ ਬਣਿਆ ਸਾਡੇ ਨਾਲ ਕੋਈ ਮਸਲਾ ਨਹੀਂ ਕਿਉਂਕਿ ਅਕਸਰੀ ਕਾਫਲੇ ਇਧਰੋਂ ਜਾਣ ਵਾਲੇ ਵੀ ਤੇ ਉਧਰੋਂ ਆਉਣ ਵਾਲੇ ਵੀ ਉਹਨਾਂ ਕੋਲ ਇੱਕੋ ਗੱਲ ਸੁਣੀ ਦੀ ਕਿ ਕੁਝ ਲੋਕਾਂ ਨੇ ਮਾਰਿਆ ਲੋਕਾਂ ਨੂੰ ਆਪਸ ਵਿੱਚ ਤੇ ਕੁਝ ਬਿਮਾਰੀਆਂ ਨੇ ਮਾਰ ਦਿੱਤੇ ਕੁਝ ਮੌਸਮ ਨੇ ਮਾਰ ਦਿੱਤੇ ਲੋਕ ਇਸ ਤਰ੍ਹਾਂ ਦੇ ਹਾਲਾਤ ਲੇਕਿਨ ਤੁਸੀਂ ਜਿਹੜੀ ਕਿ ਤੇ ਵਿੱਚ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ ਚਲੋ ਜੀ ਕੋਈ ਬਾ ਨਹੀਂ ਹੋਇਆ ਠੀਕ ਹੈ ਬਜ਼ੁਰਗੋ ਬਹੁਤ ਸ਼ੁਕਰੀਆ ਠੀਕ ਹੈ ਜੀ ਰਾਜਸੀ ਪਹੁੰਚ ਸੀ ਜੀ ਨਥੇ ਜਗੀਰ ਦੇ ਵਿੱਚ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਪਿੰਡ ਸੀ ਸਮਾਣਾ ਤਸੀਲ ਜ਼ਿਲ੍ਹਾ ਕਹ ਲੋ ਯਾ ਰਿਆਸਤ ਕਹ ਲੋ ਇਹਨਾਂ ਦੀ ਕਰਨਾਲ ਸੀ ਕੁਰਖੇਤਰ ਵੀ ਇਹਨਾਂ ਦੇ ਨਜ਼ਦੀਕ ਸੀ ਉੱਥੋਂ ਦੇ ਹਾਲਾਤ ਦੱਸੇ ਇਹਨਾਂ ਨੇ ਕਿ ਉੱਥੇ ਜ਼ਿਆਦਾਤਰ ਹਿੰਦੂ ਲੋਕ ਰਹਿੰਦੇ ਸੀ ਹਿੰਦੂ ਲੋਕ ਜਿਹੜੇ ਸੀ ਉਹ ਉਸ ਇਲਾਕੇ ਦੇ ਵਿੱਚ ਬਾਦ ਸੀ ਤੇ ਉਸ ਦਾ ਜ਼ਿਆਦਾਤਰ ਜ਼ੁਬਾਨ ਜਿਹੜੀ ਸੀ ਉਹਨਾਂ ਦੀ ਉਰਦੂ ਸੀ ਕਿ ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਸੁਣੀਆਂ ਇਹਨਾਂ ਦੀ ਅੱਜ ਵੀ ਜ਼ਬਾਨ ਇਹਨਾਂ ਦੀ ਅੱਜ ਵੀ ਬੋਲੀ ਜਿਹੜੀ ਹੈ ਉਹਦੇ ਵਿੱਚੋਂ ਉਹ ਕਰਨਾਲ ਦੀ ਜਿਹੜੀ ਇਹਨਾਂ ਚਲਕ ਆਂਦੀ ਹੈ ਇਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਉਹ ਹਾਲਾਤ ਸੀ ਕਿਸ ਤਰ੍ਹਾਂ ਆਏ ਫਿਰ ਇੱਥੇ ਆ ਕੇ ਵਸੇ ਇੱਥੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਸੀ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਬਜ਼ੁਰਗਾਂ ਦੇ ਨਾਲ ਹੁਣ ਇਨਸ਼ਾਅੱਲਾ ਜੀ ਕਿਸੇ ਹੋਰ ਅੱਗੇ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਾਵਾਂਗੇ ਤੇ ਹਾਜ਼ਰ ਹੋਵਾਂਗੇ ਜੀ ਤੁਹਾਡੀ ਖਿਦਮਤ 'ਚ ਅੱਲਾਹ ਹਾਫਿਜ਼